ਜੇ ਤੌਰ ਜ਼ਮਾਨੇ ਦਾ ਬਦਲ ਗਿਆ, ਗੱਲਾਂ ਸੱਚੀਆਂ ਹੋ ਗਈਆਂ ਸਾਰੀਆਂ ਨੇ, ਪੁੱਤਰ ਮਾਪਿਆਂ ਤੋਂ ਆਵਾਜ਼ਾਰ ਹੋਏ ਜੀ ਨਕੀਚੀਆਂ ਨਾਰੀ ਪਿਆਰੀਆਂ ਨੇ, ਨੁਹੰਗ ਸਹੁਰਿਆਂ ਤੋਂ ਗੁੰਡ ਦੂਰ ਕੀਤੇ ਪਈਆਂ ਜਗੜਦੀਆਂ ਵਿੱਚ ਕਚਹਿਰੀਆਂ ਨੇ, ਫਜ਼ਲ ਸ਼ਾਹ ਪੀਰਾਂ ਸਦੀ ਚੌਦਵੀਂ ਦੀਆਂ ਮੰਗਲੇ ਵਾਰ ਕੁਆਰੀਆਂ। ਅਸਲਾਮ ਅਲੈਕਮ, ਤੁਹਾਡਾ ਵੀਰ ਸ਼ਫਕਤ ਬਾਰੀ, ਮੈਂ ਸਦਕੇ ਮੈਂ ਵਾਰੀ ਅਜ਼ੀਜ਼ਾਂ ਨੇ ਮਨ, ਬਾਬਾ ਮੁਹੰਮਦ ਯਾਰ ਭੱਟੀ, ਇਸ ਟਾਈਮ ਮੈਂ ਇਹਨਾਂ ਦੇ ਕੋਲ ਬੈਠਾ। ਇਹ ਬਾਬੇ ਹੋਰੀ ਕੁਦਸਤੇ ਨੇ ਵੀ 90 ਕੁ ਸਾਲ ਉਮਰ ਹੈ, ਕੁ ਸਾਲ ਬਾਅਦ ਘੱਟ ਵੀ ਹੋ ਸਕਦਾ ਹੈ, ਇਹਨਾਂ ਨੂੰ ਲੱਭਿਆ ਬੜਾ ਔਖਾ ਹੈ ਅਤੇ ਹੁਣ ਲੱਭ ਗਏ ਨੇ। ਪਾਕਿਸਤਾਨ ਅਤੇ ਹਿੰਦੁਸਤਾਨ ਦੀ ਜਿਹੜਾ ਵੰਡ ਹੋਈ ਆਈ ਨਾ, ਉਸ ਵੇਲੇ ਦਾ ਵੀ ਇਹਨਾਂ ਨੂੰ ਸਾਰਾ ਪਤਾ ਹੈ, ਉਹ ਵੀ ਕੋ ਆਪਾਂ ਨੂੰ ਗੱਲ ਸੁਣਾਉਂਦੇ ਨੇ ਅਤੇ ਨਾਲ ਪੰਜਾਬੀ ਦੇ ਅੰਦਰ ਇਹਨਾਂ ਦੀ ਮਿੱਠੀ ਬੋਲੀ। ਬਾਬਾ, ਜਿਹੜਾ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ ਆਈ, ਉਹ ਤਾਂ ਮੁੜ ਤੁਹਾਨੂੰ ਚੰਗਾ ਸੰਭਾਲਾ। ਹਾਂ, ਇਹਦੀ ਸੂਰਤ ਨਹੀਂ ਹੈ ਵੀ ਜਿਵੇਂ ਹੁਣ ਦੇ ਤ੍ਰੀਏ ਦੇ ਜਿਹੜੇ ਪੁਰਾਣਾ ਕੰਮ ਇੰਜ ਹੋਇਆ ਪਿਆ ਹੈ, ਇੰਜ ਹੋਇਆ ਪਿਆ ਹੈ, ਉਸ ਇਹਦੀ ਸੂਰਤ ਨਹੀਂ ਹੈ, ਹੋਰ ਹਾਂ ਵੱਡਾ ਸਾਰਾ ਵੱਡਾ ਸਾਰਾ ਹੈ। ਤੇ ਹੁਣ ਕਿੰਨੀ ਉਮਰ ਹੈ ਇਸ ਟਾਈਮ ਤੁਹਾਡੀ ਹੋ ਗਈ? ਮੇਰੀ ਉਮਰ ਹੁਣ ਤਕਰੀਬਨ ਕੋਈ 87 ਕੁ ਸਾਲ ਦੀ ਉਮਰ ਹੈ। ਕੋਈ 90 ਤੋਂ ਕੋਈ 2-3 ਸਾਲ ਹਾਂ, 2-3 ਸਾਲ ਹੇਠ ਹੈ। ਇਹ ਵੇਲਾ ਚੰਗਾ ਕਿ ਉਹ ਚੰਗਾ? ਉਹ ਵੇਲਾ ਚੰਗਾ, ਉਹ ਵੇਲਾ ਚੰਗਾ। ਕੀ ਫਰਕ ਆ ਉਸ ਵੇਲੇ ਤੇ ਹੁਣ ਦੇ ਵੇਲੇ? ਹੁਣ ਵਿਆਹ ਦਾ ਵਿਆਹ ਨੂੰ ਇਖਲਾਕ ਨਹੀਂ ਗੀ, ਪਿਓ ਨੂੰ ਪੁੱਤਰ ਦਾ ਇਖਲਾਕ ਨਹੀਂ, ਪੁੱਤਰ ਨੂੰ ਪਿਓ ਦਾ ਇਖਲਾਕ ਨਹੀਂ। ਕਹਿ ਤੂੰ ਬੈ ਕਿ ਸੋਚ ਉਹਨੂੰ ਨਾ ਪਿਓ ਦੀ ਪੁੱਤਰ ਨੂੰ ਨਹੀਂ ਤੇ ਪੁੱਤਰ ਦੀ ਪਿਓ ਨੂੰ ਨਹੀਂ। ਉਸ ਵੇਲੇ ਇੱਜ਼ਤ ਕਰਦੇ ਆਣੇ, ਉਸ ਵੇਲੇ ਇੱਜ਼ਤ ਕਰਦੇ ਆ, ਉਸ ਵੇਲੇ ਜਿਹੜੀ ਪਿਓ ਗੱਲ ਕਰ ਲੈਂਦਾ, ਹਾਂ ਉਹ ਆਂਦੇ ਆ ਵੀ ਆ ਪੁੱਤਰ ਗੱਲ ਕੀਤਾ, ਪਿਓ ਗੱਲ ਤਾਂ ਕੀਤੀ, ਹੁਣ ਪੁੱਤਰ ਇਸ ਤੋਂ ਕਿਵੇਂ ਜਾਵੇ? ਹੁਣ ਪੁੱਤਰ ਦੀ ਗੱਲ ਜਿਹੜੀ ਉਹ ਪੱਕੀ ਹੈ ਤੇ ਪਿਓ ਦੀ ਗੱਲ ਕੱਚੀ ਹੈ, ਪਿਓ ਦੀ ਗੱਲ ਕੱਚੀ, ਜਿਹੜੀ ਗੱਲ ਪਿਓ ਕਰਨੀ ਹੈ ਉਹ ਨਹੀਂ ਹੋਣੀ, ਹਲਾ ਜਿਹੜੇ ਹੁਣ ਦੇ ਦੌਰ 'ਚ ਉਹ ਗੱਲ ਨਹੀਂ ਹੋਣੀ, ਪੁੱਤਰ ਦੀ ਗੱਲ ਉਹ ਜਿਹੜੀ ਪਿਓ ਦੀ ਨਹੀਂ। ਉਸ ਵੇਲੇ ਦੀ ਕੋਈ ਹੋਰ ਗੱਲ ਜਿਲ੍ਹੇ ਉਹ ਵੰਡ ਹੋਈ ਹੈ ਪਾਕਿਸਤਾਨ ਤੇ ਹਿੰਦੁਸਤਾਨ, ਹੋਰ ਹੀ ਉਹ ਜੀ ਗੱਲ ਜਿਹੜੀ ਤੁਹਾਨੂੰ ਚੇਤੇ ਹੋਵੇ? ਪੁੱਤਰ ਵੇਖੇ ਨਾ, ਜਿਹੜੀ ਉਸ ਟਾਈਮ ਜੇ ਆਏ ਨਾ, ਗਣੀ ਹੈ ਡਾਂਗਰੀ, ਮਾਲਾਂ ਮਗਰ ਟੂਰੇ ਵਧਣਾ, ਕਿਸੇ ਇੱਕੋ ਜਿਹੇ ਦਿਨਾਂ ਬਹਿ ਕੇ ਜੱਟ ਆ ਸਭ ਹੋਰ ਵੀ ਬਣਾ ਲੈਣਾ, ਪਰ ਫਿਰ ਆਏ ਇਸਣੀ ਗੱਲ ਜਿਹੜੀ ਹੁੰਦੀ ਨਾ, ਇਹ ਹੁੰਦੀ ਹੈ ਗੱਲ ਬੜੇ ਸੋਚ। ਸਿੱਖ ਸਰਦਾਰ ਜਿਹੜੇ ਆ ਉਹਨਾਂ ਦਾ ਵੀ ਵੇਲਾ ਗੁਜ਼ਾਰਿਆ ਸਿੱਖਾਂ ਦੇ ਵੇਲੇ? ਸਿੱਖਾਂ ਦੇ ਵੇਲੇ ਤੈਨੂੰ ਦੱਸਿਆ, ਮੈਂ ਸਿੱਖਾਂ ਦੇ ਵੇਲੇ ਮੈਂ ਹਾਂ, ਉਹਨਾਂ ਨਾਲ ਤੁਹਾਡਾ ਬਾਣ ਉੱਠਣ ਚੰਗਾ? ਨਹੀਂ ਨਹੀਂ, ਹੋਰ ਬਾਣ ਉੱਠਣ ਨਹੀਂ ਆ, ਮੈਂ ਐਡਾ ਕਹਾ ਵਸੇ ਸਿੱਖਾਂ ਨੂੰ ਮੇਰਾ ਬਾਣ ਉੱਠਣ ਕੀ ਦੀ ਆ? ਹਾਂ, ਨਿਕੇਰੇ ਆ ਨਿੱਕਾ ਨਿੱਕਾ, ਹੁਣ ਮੁੜ ਉਹਨਾਂ ਨੂੰ ਵੇਖਿਆ ਹੋਇਆ ਤਾਂ ਹੈ, ਉਹ ਆਉਂਦੇ ਨੇ ਗੱਲ ਦੇ ਬੜੇ ਪੱਕੇ ਹੁੰਦੇ ਆ, ਜਿਹੜੀ ਗੱਲ ਉਹ ਕਰ ਲੈਂਦੀ ਹੈ ਨਾ, ਹਾਂ ਉਹ ਪੱਕੀ ਹੁੰਦੀ ਹੈ, ਜਿਹੜੀ ਅਸੀਂ ਕਰਦੇ ਹਾਂ ਨਾ, ਜਿਹੜੀ ਹੁਣ ਅਸੀਂ ਕਰਦੇ ਹਾਂ, ਤਾਂ ਅੰਦਰ ਉਹ ਕੱਚੀ ਇਹ ਕੱਚੀ ਗੱਲ ਹੈ। ਤੇ ਹੁਣ ਕੋ ਸਾਨੂੰ ਸੁਣਾਓ ਖਾਮੋ, ਜੋ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਜੀ, ਜੋ ਇਹਨਾਂ ਦੇ ਦਿਲ ਨੂੰ ਚੰਗਾ ਲੱਗੇਗਾ ਆਪਾਂ ਨੂੰ ਉਹ ਸੁਣਾ ਸਕ, ਅਸੀਂ ਨਹੀਂ ਆਖਣਾ ਪਿਆਰ। ਡੋਲੀ ਵੜਦਿਆਂ ਵਾਰੀਆਂ ਹੀਰ ਚੀਕਾਂ ਲੈ ਚੱਲੇ ਵੇ ਬਾਬਲਾ, ਲੈ ਚੱਲੇ ਅੱਗੇ ਆਖਿਆ ਕਦੇ ਨਾ ਮੋੜਿਆ ਤੂੰ, ਉਹ ਸਮੇਂ ਬਾਬਲ ਕਿੱਧਰ ਗਏ ਚੱਲੇ,
ਪੈਂਡੇ ਰੁੱਖ ਦੀ ਛਾਂ ਬਾਬਲ ਛਤਰ ਵਾਂਗੂ ਘੜੀ ਵਾਂਗ ਮੁਸਾਫਰਾਂ ਬਾਏ ਚੱਲੇ ਦੋਵੇਂ ਹੱਥ ਖਾਲੀ ਦੋਵੇਂ ਪੈਰ ਖਾਲੀ ਕੁਝ ਤੇਰਾ ਨਹੀਂ ਬਾਬਲਾ ਲੈ ਚੱਲੇ ਸਹੀਦੇ ਖੇੜੇ ਦੀ ਅਸੀਂ ਮੁਕਾਨ ਚੱਲੇ ਰੋਣਾ ਪਿੱਟਣਾ ਹਾਏ ਹਾਏ ਕਹਿ ਚੱਲ ਲੈ ਲਵੇ ਰਾਂਝਿਆ ਰੱਬ ਨੂੰ ਸੌਂਪਿਓ ਤੂੰ ਅਸੀਂ ਜ਼ਾਲਮਾਂ ਦੇ ਵਸ ਪਏ ਚੱਲੇ ਮੇਰੇ ਵਸ ਤੂੰ ਗੱਲ ਬੇਵਸ ਹੋਈ ਬੋਲੀ ਗੱਤ ਕਹਾਰਨੀ ਲੈ ਚੱਲੇ ਨਾਲ ਉਮੀਦ ਉਸਾਰ ਦੀਸਤਾ ਖਾਨੇ ਆਸ ਉਮੀਦ ਦੇ ਡੈ ਚੱਲੇ ਅਸਾਂ ਵੱਤ ਨਹੀਂ ਆਵੜਾ ਦੇਸ ਤੇਰੇ ਬਾਜ਼ੀ ਇਸ਼ਕ ਵਾਲੀ ਕਰ ਤੈ ਚੱਲੇ ਪੂਰੀ ਦੁਨੀਆ ਤੇ ਸ਼ਾਨ ਗੁਮਾਨ ਕੂੜਾ ਵਾਰਸ ਸ਼ਾਵਰੀ ਸੱਚ ਕਹਿ ਚੱਲੇ ਵਾਹ 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 ਕੁਦਰਤੀ ਮੌਲਾ ਕੰਮ ਡਿੱਠੇ ਮਾਲਕ ਦੇ ਤਾਰਾਂ ਦੇ ਹਜ਼ਰਤ ਯਕੂਬ ਨਬੀ ਦੇ ਬੂਹੇ ਚੱਕ ਦਰਖੋ ਤੇ ਜਿਹੜਾ ਹਰ ਨੁਮਰਨ ਦਾ ਵਿੱਚ ਬਹਾਰਾਂ ਦਾ ਠੱਠੀਆਂ ਛਾਂ ਤੇ ਸਰਦ ਹਵਾਈ ਬੂਟੇ ਰੀਸ ਪਏ ਕਰਦੇ ਨੀ ਚੰਬੇ ਦੀਆਂ ਗਾੜਾਂ ਦੇ ਉਹਨੂੰ ਲੱਗਣ ਮੇਵੇ ਵਨ ਪਵੰਨੇ ਕੇਤੀ ਆਵਣ ਤੇ ਖਾ ਕੇ ਉੱਡ ਜਾਵਣ ਪੰਛੀ ਲਖਮਾਂ ਡਾਰਾਂ ਦੇ ਮੇਵੇ ਅੱਗੇ ਨਾਲੋਂ ਹੀ ਬੇਸ਼ੁਮਾਰਾਂ ਦੇ ਦਰਖਤ ਦੀ ਛਾਂ ਰਾਹਮਤ ਦੀ ਭਰੀ ਹੈ ਜਿਹੜਾ ਛਾਵੇਂ ਆ ਕੇ ਬਣਦਾ ਹੈ ਕੱਟੇ ਜਾਂਦੇ ਨੀ ਦੁੱਖ ਬਿਮਾਰਾਂ ਦੇ ਤੋਤੇ ਵੀ ਸਾਵੇ ਤੇ ਰੁੱਖ ਦੇ ਪਾਤਰ ਵੀ ਸਾਵੇ ਕਿੱਡੇ ਸੋਹਣੇ ਰਲੇ ਨੀ ਰੰਗ ਅਨਵਾਰਾਂ ਦੇ ਤੋਤੇ ਬੋਲਣ ਤੇ ਪੜ੍ਹਨ ਵਾਹਦਾ ਉਲਾ ਸ਼ਰੀਕ ਅੱਲਾ ਇਹੋ ਜ਼ਿਕਰ ਪੁਕਾਰਾਂ ਦੇ ਦਰਖਤ ਘੜੀਆਂ ਸ਼ਾਖਾਂ ਪਾਸੇ ਮਨੇ ਹਜ਼ਰਤ ਯਕੂਬ ਨਬੀ ਦੀਆਂ ਪੁੱਤਰਾਂ ਦੋਸਤਾਂ ਯਾਰਾਂ ਦੇ ਹਜ਼ਰਤ ਯੂਸਫ ਆਖੇ ਬਾਬ ਮੇਰੀ ਡਗਰ ਨਾ ਪੁੱਟੀ ਪਿਆ ਰੋਂਦਾ ਨਾੜ ਰਿਹਾੜਾਂ ਦੇ ਹਜ਼ਰਤ ਯੂਸਫ ਆਖੇ ਬਾਬ ਮੇਰੇ ਸੁੱਚਾ ਖਾਬ ਆਇਆ ਮੈਂ ਆਇਆ ਮੂੰਹ ਵਿਗਾੜਾਂ ਦੇ ਦੋਵੇਂ ਵਾਹ ਕੇ ਕਰਨ ਗੱਲਾਂ ਖਾਬ ਦੀਆਂ ਕਾਰ ਬਾਂਧੇ ਦੀ ਸੋਚ ਵਿਚਾਰਾਂ ਦੀ ਹਜ਼ਰਤ ਵਿੱਚੋਂ ਬਹਿਸਤਾਂ ਨੇ ਨਿਕਲਿਆ ਇਬਰਾਹੀਮ ਖੁੰਡੀ ਹਜ਼ਰਤ ਯੂਸਫ ਨੂੰ ਫਦੈਂਦਾ ਪਿਆ ਨਾਲ ਪਿਆਰਾਂ ਦੇ ਖੁੰਡੀ ਵੱਧ ਕੇ ਸੱਤਰ ਗਜ ਲੰਮੀ ਹੋਈ ਨੂੰ ਦੂਰੋਂ ਸੱਟੇ ਛੋਏ ਨੇ ਨੂਰ ਚਮਕਾਰਾਂ ਦੇ ਹਜ਼ਰਤ ਯੂਸਫ ਆਖੇ ਬਾਪ ਅਸੀਂ ਸਾਰੇ ਵਿਰਾਗ ਹੈ ਲੱਕੜੀ ਚੁੱਜਣ ਸਾਡੇ ਹਿੱਸੇ ਵੀ ਬਣੇ ਨੀ ਬਾਰਾਂ ਦੇ ਲੱਕੜੀ ਚੋਣਾਂ ਇਕੱਠੀਆਂ ਕੀਤੀਆਂ ਤੇ ਮੇਰੀਆਂ ਹੋਈਆਂ ਨੀ ਰੰਗ ਗੁਲਦਾਰਾਂ ਦੇ ਮੇਰੀਆਂ ਲੱਕੜੀ ਨੂੰ ਉਹਨਾਂ ਦੀਆਂ ਕਰਨ ਆਣ ਤਜ਼ੀਮਾਂ ਜਿਵੇਂ ਹੁੰਦੇ ਨੀ ਸ਼ਾਨ ਸਿਰਦਾਰਾਂ ਦੇ ਹਜ਼ਰਤ ਯਕੂਬ ਨਬੀ ਆਖੇ ਬਸ ਕਰ ਬਚੜੂ ਇਹ ਗੱਲ ਵਿਰਾਵਾਂ ਅੱਗੇ ਨਾ ਕਰੀ ਇੱਥੋਂ ਜਿਸੇ ਨੀ ਕੰਮ ਵੱਧ ਵਿਗਾੜਾਂ ਦੇ ਤੈਨੂੰ ਦੇਣੀ ਚਾਹੇ ਰੱਬ ਸਿਰਦਾਰੀ ਵਿਰਾਹ ਉਸੇ ਨੀ ਆਣ ਸਲਾਮੀ ਖਲਕਤ ਬਈ ਉਸੇ ਹੀ ਕੁੱਲ ਚੌਦਾਰਾਂ ਦੇ ਵੇਲੇ ਔਖੀ ਦੇ ਆਖ ਨਬੀ ਦਾ ਕਲਮਾ ਭੁੱਲਿਆ ਮੈਨੂੰ ਖੋ ਮਰਿੰਦੇ ਬੈਰੀ ਰੂਗੀਆਂ ਗਾਰਾਂ ਸੋਹਣੀ ਕੁਦਰਤ ਦੇ ਨਾਲ ਤੂੰ ਆਪ ਅੱਲਾ ਜਿਹੜਾ ਹਜ਼ਰਤ ਯਕੂਬ ਨਬੀ ਹੈ ਨਾ ਗੜੀ ਇੱਕ ਨੀ ਵਿਸਤਾ ਬਾਵੇਂ ਹੋਵੇ ਨੀ ਜਾਂ ਰਾਤ ਅੱਲਾ ਜਿੱਤ ਵੱਲ ਜਾਵੇ ਹਜ਼ਰਤ ਯੂਸਫ ਯਕੂਬ ਨਬੀ ਰਹਿੰਦਾ ਉਸੇ ਸਾਥ ਅੱਲਾ ਅੱਲਾ ਆਖੇ ਤੈਨੂੰ ਬੂਹੇ ਬਾਹਰ ਨੀ ਪੁੱਜਦਾ ਇੱਕ ਦਿਹਾੜੇ ਕੋਈ ਲੰਮੇ ਪਦ ਦੀ ਵਾਟ ਆਉਂਦਾ
ਹਜ਼ਰਤ ਯੂਸਫ ਬੋਲੇ ਤੇ ਕਿਰਨ ਫੁੱਲ ਮਹਬੂਬ ਦੇ ਵਸੇ ਨੂਰ ਦੀ ਪਈ ਬਰਸਾਤ, ਅੱਲਾ ਕੁੱਲ ਬਦਨ ਗੁਲਾਬ ਤੇ ਸਾਫ ਅੱਲਾ। ਹਜ਼ਰਤ ਯੂਸਫ ਸਾਲਾਂ ਪੰਜਾਂ ਤੋਂ ਆਇਆ ਤੇ ਜੰਮਿਆ ਬਿਨੀਆ ਮੀਨ ਅਸ਼ਰਾਫ ਅੱਲਾ ਮਾਈ ਰੋਹਿਲਾ ਖਾਤੂ ਦੇ ਗਏ ਨੀ ਪੁੱਜ ਰਾਦੇ, ਪੂਰੀ ਦੁਨੀਆਂ ਤੋਂ ਬੁਰਕਾ ਪੈਨ ਵਫਾਤ ਅੱਲਾ। ਹਜ਼ਰਤ ਯੂਸਫ ਜੋੜੀ ਯਕੂਬ ਨਬੀ ਦੀ ਬਿਨੀਆ ਮੀਨ ਪਰ ਰੋਂਦਾ ਵਿੱਚ ਪਹੂਰੇ ਦੀ ਦੋਵੇਂ ਬੈਠੇ ਨੀ ਹੋ ਗੁਮਰਾਹ ਕੱਲਾ। ਹਜ਼ਰਤ ਯਕੂਬ ਨਬੀ ਕਨੀਜ ਖਰੀਦੀ ਹੈ ਸੁਣਦਾ ਵੀ ਆਇਆ ਉਸ ਰਾਤ, ਉਹਦਾ ਲੜਕਾ ਬਸ਼ੀਰ ਆਉਂਦੇ ਕੁਰੇਸ਼ੀ ਆਈਆ ਉਹ ਖਾਸ ਅੱਲਾ ਨੂੰ। ਹਜ਼ਰਤ ਯਕੂਬ ਨਬੀ ਪਿਆਏ ਵਿਛਿੰਦਾ ਗੁੱਲਾ ਬਿਕੰਬਰ ਰੱਬ ਦਾ ਤਕਦੀਰ ਚ ਕੀਤਾ ਫਦ ਪੁਲਾ ਟੱਲਾ ਮਾਵਾਂ ਤੋਂ ਬਾਅਦ ਪੁੱਤਰ ਨੀ ਪੜਦੇ ਕੌਣ ਪੁਜਿੰਦਾ ਈ ਦਿਲ ਦੀ ਆਸ। ਸੋ ਚਾਚਾ ਇੱਕ ਪਾਸੇ ਹੋਵੇ ਤਾਂ ਕੜਿਆ ਤਾਂ ਹੀ ਛੱਡਦਾ ਜੇ ਮਿਲਿਆ ਪਿਆਰਾ ਬਾਪ ਅੱਲਾ। ਮਾਵਾਂ ਆੜੇ ਬਲਖ ਬਲਾਡ ਕਰਨ ਦੇ ਯਤੀਮਾਂ ਦੀ ਕੋਈ ਨੀ ਸੁਣਦਾ ਵਾਤ ਅੱਲਾ। ਮਾਈ ਰੋਵੇ ਤੇ ਕਰੇ ਕੂੰਜ ਦੇ ਵਾਂਗ ਪੁਰਲਾਟ ਅੱਲਾ। ਜਬਰਾਈਲ ਪਿਆਰਦਾ ਸਬਰ ਕਰ ਮਾਈਏ ਆਪੇ ਨੀ ਸਹੀ ਕਰ ਇਨਸਾਫ ਅੱਲਾ। ਤੈਨੂੰ ਆਪ ਰੱਖਿਓ ਨੂੰ ਕਿਹੜਾ ਮਾਰੂ ਇਹ ਸਭ ਨੀ ਕਹਿੰਦੇ ਹੱਥ ਬਰਾਤ ਅੱਲਾ ਵੇਲੇ ਔਖੀ ਦੇ ਆਖ ਨਬੀ ਦਾ ਕਲਮਾ ਖੁੱਲਿਆ ਮਰ ਕੇ ਆਉਣੇ ਬੜਾ ਯਾਦ ਅੱਲਾ।